ਨਵਚੇਤਨਾ ਵੈਲਫੇਅਰ ਟਰੱਸਟ ਖਰੜ ਵੱਲੋਂ ਹਰ ਸਾਲ ਦੀ ਤਰ੍ਹਾਂ ਜੂਨ ਅਤੇ ਜੁਲਾਈ ਮਹੀਨੇ ਵਿੱਚ ਰੁੱਖ ਲਗਾਓ ਮੁਹਿੰਮ ਚਲਾਈ ਜਾਂਦੀ ਹੈ। ਉਸੇ ਲੜੀ ਤਹਿਤ JTPL ਸਿਟੀ ਲਾਂਡਰਾ ਰੋਡ ਖਰੜ ਦੀਆਂ ਪਾਰਕਾਂ ਵਿੱਚ ਬੂਟੇ ਲਗਾਏ ਗਏ। ਟਰੱਸਟ ਦੇ ਚੇਅਰਮੈਨ ਡਾਕਟਰ ਰਘਵੀਰ ਸਿੰਘ ਬੰਗੜ ਨੇ ਦੱਸਿਆ ਕਿ ਟਰੱਸਟ ਵੱਲੋਂ ਬਰਸਾਤ ਦੇ 2 ਮਹੀਨਿਆਂ ਵਿੱਚ ਘੱਟੋ ਘੱਟ 1100 ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ, ਜੋ ਕਿ ਖਰੜ ਸ਼ਹਿਰ ਦੇ ਅਲੱਗ ਅਲੱਗ ਕਲੋਨੀਆਂ ਦੀਆਂ ਪਾਰਕਾਂ ਅਤੇ ਧਾਰਮਿਕ ਸਥਾਨਾਂ 'ਤੇ ਲਗਾਏ ਜਾਣਗੇ, ਤਾਂ ਜੋ ਬੂਟੇ ਲਗਾਉਣ ਦੇ ਨਾਲ ਨਾਲ ਉਹਨਾਂ ਦੀ ਦੇਖਭਾਲ ਵੀ ਕੀਤੀ ਜਾ ਸਕੇ। ਇਸ ਮੌਕੇ ਟਰੱਸਟੀ ਦਰਸ਼ਨ ਸਿੰਘ ਵਿਰਦੀ, ਟਰੱਸਟੀ ਅਮਰਿੰਦਰ ਸਿੰਘ ਅਮਰ, ਟਰੱਸਟ ਪ੍ਰਧਾਨ ਕੁਲਵਿੰਦਰ ਸਿੰਘ, RK ਸ਼ੇਰਾਵਤ, ਗਗਨਦੀਪ ਸਿੰਘ, ਕੇਵਲ ਕ੍ਰਿਸ਼ਨ, ਲਖਵੀਰ ਸਿੰਘ, ਭੁਵਨੇਸ਼ ਸੇਠੀ, ਪਵਨ ਕੁਮਾਰ ਡੱਡਵਾਲ, ਬਜਿੰਦਰ ਨੂਨਵਾਲ, ਲਖਵਿੰਦਰ ਸਿੰਘ ਅਤੇ ਟਰੱਸਟ ਮੈਂਬਰ ਗੰਗਾ ਹਾਜ਼ਰ ਸਨ। ਇਸ ਤੋਂ ਇਲਾਵਾ ਟਰੱਸਟ ਮਹਿਲਾ ਵਿੰਗ ਦੀ ਪ੍ਰਧਾਨ ਪ੍ਰਵੀਨ ਕੁਮਾਰੀ ਵੀ ਹਾਜ਼ਰ ਸਨ। ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਨਵਚੇਤਨਾ ਵੈਲਫੇਅਰ ਟਰੱਸਟ ਵੱਲੋਂ ਟ੍ਰੀ ਪਲਾਂਟੇਸ਼ਨ ਸਟਾਰਟ ਕੀਤੀ ਗਈ ਹੈ ਅਤੇ ਅੱਜ ਅਸੀਂ ਪਹੁੰਚੇ ਹਾਂ JTPL ਲਾਂਡਰਾ ਰੋਡ ਖਰੜ, ਜਿੱਥੇ ਕਿ ਅਸੀਂ ਪਲਾਂਟ ਪਾਰਕਾਂ ਵਿੱਚ ਲਗਾ ਰਹੇ ਹਾਂ। ਅਤੇ ਅਸੀਂ ਇਸ ਸਾਲ ਜੂਨ ਅਤੇ ਜੁਲਾਈ ਮਹੀਨੇ ਵਿੱਚ, ਜਿੱਦਾਂ ਕਿ ਤੁਸੀਂ ਕੱਲ੍ਹ ਪੋਸਟ ਦੇਖੀ ਸੀ, 1100 ਬੂਟੇ ਲਗਾਏ ਜਾਣਗੇ ਟਰੱਸਟ ਵੱਲੋਂ ਅਤੇ ਉਹਨਾਂ ਦੀ ਦੇਖਭਾਲ ਵੀ ਕੀਤੀ ਜਾਵੇਗੀ।